ਕੋਈ ਵੀਕਨੈਸ ਨਹੀਂ ਸਾਡੇ ਕੋਲੇ, ਸਾਡੇ ਕੋਲੇ ਇੱਕੋ ਵੀਕਨੈਸ ਹੈ ਕਿ ਸਾਨੂੰ ਜਿਹੜੇ ਮੀਰੇ ਕਾਰਵਾ ਮਿਲੇ ਨਾ, ਜਿਹੜੇ ਸਾਨੂੰ ਲੀਡਰ ਮਿਲੇ ਅੱਜ ਤੋਂ ਪਹਿਲਾਂ, ਉਹ ਧੋਖੇਬਾਜ਼ ਸੀ, ਉਹ ਝੂਠੇ ਸੀਗੇ, ਉਹ ਲੀਡਰ ਝੂਠੇ ਸੀ। ਕਹਿੰਦੇ ਆ ਇੱਕ ਬੂੰਦ ਪਾਣੀ ਨਹੀਂ ਦੇਣਾ, ਇੱਕ ਬੂੰਦ ਪਾਣੀ ਨਹੀਂ ਦੇਵਾਂਗੇ, ਜਿੱਡੀ ਮਰਜ਼ੀ ਕੁਰਬਾਨੀ ਕਰਨੀ ਪੈ ਜਾਏ। ਉਹ ਕਿੱਲੇ ਕਿੱਲੇ ਦੀਆਂ ਨਹਿਰਾਂ ਵਗਦੀਆਂ, ਇੱਕ ਰਾਜਸਥਾਨ ਨੂੰ ਜਾਂਦੀ ਹੈ ਤੇ ਇੱਕ ਹਰਿਆਣੇ ਨੂੰ ਜਾਂਦੀ ਹੈ, ਉਹਨਾਂ ਲੀਡਰਾਂ ਦੀ ਕੀਤੀ ਹੋਈ ਹੈ। ਐਡਾ ਧੋਖਾ ਸਾਡੇ ਨਾਲ। ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ ਇੰਨਾ ਕਿ ਉਹਨੇ ਗਰੀਬਾਂ ਬਾਰੇ ਸੋਚਿਆ, ਆਮ ਆਦਮੀਆਂ ਬਾਰੇ ਸੋਚਿਆ। ਆ ਵੈਸੇ ਆ ਦੂਜੇ ਵੀ ਕਹੀ ਜਾਂਦੇ ਆ ਯਾਰ, ਉਹਨਾਂ ਨੂੰ ਅਕਾਲੀ ਨਾ ਕਿਹਾ ਕਰੋ। ਮੈਂ ਵੀ ਅਕਾਲੀ ਹਾਂ, ਦਿਲੋਂ ਅਕਾਲੀ ਹਾਂ। ਅਕਾਲੀ ਉਹ ਹੁੰਦੇ ਆ ਜਿਹੜੇ ਪੰਥ ਦੀ ਗੱਲ ਕਰਦੇ, ਪੰਜਾਬ ਦੀ ਗੱਲ ਕਰਦੇ, ਮਨੁੱਖਤਾ ਦੀ ਗੱਲ ਕਰਦੇ ਆ। ਇਹ ਬਾਦਲ ਕੇ ਹੋ ਸਕਦੇ ਆ, ਅਕਾਲੀ ਨਹੀਂ ਹੋ ਸਕਦੇ। ਦੂਜੇ ਪਾਸੇ ਸੁਖਬੀਰ ਵਰਗੇ ਬੰਦੇ ਜਿਨ੍ਹਾਂ ਨੇ ਪੰਜਾਬ ਨਾਲ ਹਮੇਸ਼ਾ ਧਰੋਹ ਕਮਾਇਆ, ਪੰਥ ਨਾਲ ਧਰੋਹ ਕਮਾਇਆ। ਤੁਸੀਂ ਦੱਸੋ ਕਿਹਦੇ ਨਾਲ ਧਰੋਹ ਨਹੀਂ ਕਮਾਇਆ? ਵਾਹ ਬਈ ਵਾਹ, ਧੰਨ ਹੈ ਸਤੌਜ ਵਾਲਿਆ, ਤੈਨੂੰ ਜੰਮਣ ਵਾਲੀ ਮਾਂ, ਤੇਰੇ ਕੰਮਾਂ ਕਰਕੇ ਦੁਨੀਆ ਖੜਖੜ ਵਹਿੰਦੀ ਆ, ਖੜਖੜ ਖੜਖੜ ਵਹਿੰਦੀ ਆ। ਸੋ ਜੀ ਆਇਆਂ ਨੂੰ, ਸਾਡੇ ਮੀਰੇ ਕਾਰਵਾਂ ਸ੍ਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ। ਸੋ ਮੈਂ ਤਾਂ ਮਾਨ ਸਾਹਿਬ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਭਾਸ਼ਣ ਦੇਣਾ, ਭਾਸ਼ਣ ਤਾਂ ਇੱਥੇ ਸਾਡੇ ਮਾਨ ਸਾਹਿਬ ਦਾ ਸੁਣਨ ਆਏ ਆ ਸਾਰੇ ਲੋਕ। ਮੈਂ ਤਾਂ ਗੱਲਾਂ ਹੀ ਕਰਨੀਆਂ ਜੀ, ਮੈਂ ਗੱਲਾਂ ਹੀ ਕਰਨੀਆਂ ਮੁੱਖ ਮੰਤਰੀ ਸਾਹਿਬ। ਮੈਂ ਇਹਨਾਂ ਨੂੰ ਪੁੱਛ ਰਿਹਾ ਸੀ, ਪੰਜਾਬ ਦੀ ਸਭ ਤੋਂ ਸੋਹਣੀ, ਦੁਨੀਆ ਦੀ ਸਭ ਤੋਂ ਸੋਹਣੀ, ਸਭ ਤੋਂ ਤਾਕਤਵਰ, ਸਭ ਤੋਂ ਮਿਹਨਤੀ ਲੋਕਾਂ ਦੀ ਧਰਤੀ ਕਿਹੜੀ ਹੈ ਵੀ? ਪੰਜਾਬ। ਮੈਂ ਕਈ ਦਿਨਾਂ ਤੋਂ ਸੋਚੀ ਜਾਂਦਾ, ਅਸੀਂ ਜਦੋਂ ਮੈਨੇਜਮੈਂਟ ਦਾ ਸਬਜੈਕਟ ਪੜ੍ਹਦੇ ਸੀ ਤਾਂ ਉਹਦੇ 'ਚ ਇੱਕ ਐਨਾਲਿਸਿਸ ਕਰਾਉਂਦੇ ਸੀ, ਜਦੋਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਹੁੰਦਾ, ਕਿਸੇ ਦੁਵਿਧਾ 'ਚੋਂ ਨਿਕਲਣਾ ਹੁੰਦਾ, ਉਹਨੂੰ ਕਹਿੰਦੇ ਸਵੋਟ ਐਨਾਲਿਸਿਸ। ਸਟਰੈਂਥ, ਤੁਹਾਡੀ ਤਾਕਤ ਕੀ ਹੈ, ਤੁਹਾਡੀ ਵੀਕਨੈਸ ਕੀ ਹੈ, ਤੁਹਾਡੀਆਂ ਕਮਜ਼ੋਰੀਆਂ ਕੀ ਹੈ, ਤੁਹਾਡੀ ਓਪਰਚੁਨਿਟੀ, ਤੁਹਾਡੇ ਕੋਲ ਮੌਕੇ ਕੀ ਹੈ, ਤੁਹਾਨੂੰ ਥ੍ਰੈਟ ਕੀ ਹੈ। ਤਾਂ ਮੈਂ ਦੇਖਿਆ ਜਦੋਂ ਸਵੋਟ ਐਨਾਲਿਸਿਸ ਕੀਤਾ ਤੇ ਸਾਡੀ ਸਟਰੈਂਥ ਦੇਖੋ, ਸਾਡੀ ਤਾਕਤ ਦੇਖੋ, ਦੁਨੀਆ ਨਾਲ ਵਿਲੱਖਣਤਾ ਦੇਖੋ, ਉਹ ਸਾਡੇ ਕੋਲੇ ਉਹ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹਨੇ ਰਾਮ ਤੇ ਰਹੀਮ 'ਚ ਕੋਈ ਫਰਕ ਹੀ ਨਹੀਂ ਰੱਖਿਆ, ਸਰਬੱਤ ਨੂੰ ਸਾਂਝੀਵਾਲਤਾ ਦੇਣ ਦੀ ਗੱਲ ਕੀਤੀ। ਉਹ ਸਾਡੇ ਕੋਲੇ ਉਹ ਅਕਾਲ ਤਖਤ ਸਾਹਿਬ ਹੈ ਜਿਹੜਾ ਹੋਰ ਕਿਸੇ ਕੌਮ ਕੋਲੇ ਨਹੀਂ ਹੈ। ਪੰਜਾਬ, ਉਹ ਪੰਜਾਬ ਐਸੇ ਮਿਹਨਤੀ ਲੋਕਾਂ ਦੀ ਧਰਤੀ ਹੈ ਜਿਹਦਾ ਡੰਕਾ ਸਾਰੀ ਦੁਨੀਆ 'ਤੇ ਵੱਜਦਾ, ਐਡੀ ਉਪਜਾਊ ਧਰਤੀ। ਤੁਝ ਕੇ ਬਾਬਰੀ 'ਚ ਲਿਖਦੇ ਆ, ਇੱਕ ਜਗ੍ਹਾ 'ਤੇ ਬਾਬਰ ਕਹਿੰਦਾ ਮੈਂ ਐਸੀ ਜਗ੍ਹਾ 'ਤੇ ਪਹੁੰਚ ਗਿਆ ਸੀ, ਸੋਹਣੀ ਜਗ੍ਹਾ 'ਤੇ ਪਹੁੰਚ ਗਿਆ, ਜਿੱਥੇ ਕਹਿੰਦੇ ਇੱਕ ਟਾਹਣੀ ਗੱਡ ਦਈਏ ਅਤੇ ਸ਼ਾਮ ਤਾਈਂ ਹਰੀ ਹੋ ਜਾਂਦੀ ਆ। ਇਸ ਤਰ੍ਹਾਂ ਦੀ ਧਰਤੀ, ਜਜ਼ਬਾ ਇੱਥੋਂ ਵਰਗਾ ਕਿਤੇ ਨਹੀਂ, ਇੱਥੋਂ ਵਰਗੀ ਜਵਾਨੀ ਜੋਸ਼ ਵਾਲੀ ਕਿਤੇ ਨਹੀਂ। ਅਤੇ ਫਿਰ ਮੈਂ ਕਿਹਾ ਕਮੀ ਕਿੱਥੇ ਰਹਿ ਗਈ? ਭਗਤ ਪੂਰਨ ਸਿੰਘ ਨੇ ਕਿਹਾ ਵੀ ਅਗਲਾ ਜਿਹੜਾ ਸੰਸਾਰ ਯੁੱਧ ਲੱਗਣਾ ਉਹ ਪਾਣੀ 'ਤੇ ਲੱਗਣਾ, ਅਤੇ ਸਭ ਤੋਂ ਵੱਧ ਸਾਡੀ ਧਰਤੀ ਕੋਲੇ ਪਾਣੀ ਹੈ, ਪੰਜਾਬ ਕੋਲੇ ਪਾਣੀ ਸੀਗਾ ਸਭ ਤੋਂ ਵੱਧ, ਸਭ ਤੋਂ ਵੱਧ, ਸਭ ਤੋਂ ਵੱਧ। ਫਿਰ ਅਗਲੀ ਗੱਲ, ਦੁਨੀਆ ਦੇ ਵਿੱਚ ਦੁੱਧ ਦੀ ਮੰਗ ਹੈ, ਦੁੱਧ ਵਾਲੇ ਪਾਸਿਓਂ ਪਰਮਾਤਮਾ ਨੇ ਸਾਨੂੰ ਜਮਾਂ ਊਣੇ ਨਹੀਂ ਰੱਖਿਆ, ਸਭ ਕੁਛ ਬਖਸ਼ਿਆ, ਸਭ ਕੁਛ ਬਖਸ਼ਿਆ। ਮੈਂ ਕੱਲ ਪਰਸੋਂ ਸਾਡੇ ਅਫਸਰਾਂ ਨਾਲ ਵੀ ਗੱਲ ਕਰਦਾ ਸੀ, ਮਾਨ ਸਾਹਿਬ ਇਸ ਏਰੀਏ 'ਤੇ ਆਪਾਂ ਕੰਮ ਵੀ ਕਰਨਾ, ਕੈਨੇਡਾ 'ਚ ਜੇ ਦੁੱਧ ਪੀਣਾ ਹੋਵੇ ਨਾ ਤੇ ਬੰਦਾ ਇੱਕ ਦਿਨ ਲੈ ਜਾਂਦਾ, 15 ਦਿਨ ਉਸੇ ਬਾਲਟੀ 'ਚੋਂ ਕੱਢ ਕੇ ਉਸੇ ਡੱਬੇ 'ਚੋਂ ਕੱਢ ਕੇ ਪੀ ਜਾਂਦਾ, ਇਵੇਂ ਹੀ ਹੈ ਨਾ ਜੀ ਗੱਲ? ਅਤੇ ਮੈਂ ਕਿਹਾ ਵੀ ਇੱਥੇ ਕਿਉਂ ਨਹੀਂ ਹੋ ਸਕਦਾ? ਸੋ ਆਪਾਂ ਇਸ ਡਾਇਰੈਕਸ਼ਨ ਵੱਲ ਵੀ ਗੱਲ ਕਰਨੀ ਹੈ। ਸੋ ਸਾਡੇ ਕੋਲ ਸਾਰਾ ਕੁਛ ਹੈ, ਸਾਡੀ ਐਡੀ ਸਟਰੈਂਥ ਹੈ, ਅਤੇ ਅਸੀਂ ਵੀਕ ਕਿੱਥੇ ਰਹਿ ਗਏ? ਜਦੋਂ ਮੈਂ ਵੀਕਨੈਸ 'ਚ ਵੇਖਿਆ ਨਾ ਤਾਂ ਮੈਨੂੰ ਸਿਰਫ ਇੱਕੋ ਹੀ ਚੀਜ਼ ਨਜ਼ਰ ਆਈ,
ਹੋਰ ਕੋਈ ਵੀਕਨੈਸ ਨਹੀਂ ਸਾਡੇ ਕੋਲੇ, ਸਾਡੇ ਕੋਲੇ ਇੱਕੋ ਵੀਕਨੈਸ ਹੈ ਕਿ ਸਾਨੂੰ ਜਿਹੜੇ ਮੀਰੇ ਕਾਰਵਾ ਮਿਲੇ ਨਾ, ਜਿਹੜੇ ਸਾਨੂੰ ਲੀਡਰ ਮਿਲੇ ਅੱਜ ਤੋਂ ਪਹਿਲਾਂ, ਉਹ ਧੋਖੇਬਾਜ਼ ਸੀ, ਉਹ ਝੂਠੇ ਸੀਗੇ, ਉਹ ਲੀਡਰ ਝੂਠੇ ਸੀ। ਕਹਿੰਦੇ ਆ ਇੱਕ ਬੂੰਦ ਪਾਣੀ ਨਹੀਂ ਦੇਣਾ, ਇੱਕ ਬੂੰਦ ਪਾਣੀ ਨਹੀਂ ਦੇਵਾਂਗੇ, ਜਿੱਡੀ ਮਰਜ਼ੀ ਕੁਰਬਾਨੀ ਕਰਨੀ ਪੈ ਜਾਏ। ਉਹ ਕਿੱਲੇ ਕਿੱਲੇ ਦੀਆਂ ਨਹਿਰਾਂ ਵਗਦੀਆਂ, ਇੱਕ ਰਾਜਸਥਾਨ ਨੂੰ ਜਾਂਦੀ ਹੈ ਤੇ ਇੱਕ ਹਰਿਆਣੇ ਨੂੰ ਜਾਂਦੀ ਹੈ, ਉਹਨਾਂ ਲੀਡਰਾਂ ਦੀ ਕੀਤੀ ਹੋਈ ਹੈ। ਐਡਾ ਧੋਖਾ ਸਾਡੇ ਨਾਲ ਕੀਤਾ ਤੇ ਇੱਕ ਮਾਂ ਦਾ ਪੋਤਾ ਸ਼ੇਰ ਬੈਠਾ। ਲੋਕ ਕਹਿੰਦੇ ਆ ਦਰਿਆਵਾਂ ਦੇ ਮੁਹਾਣ ਨਹੀਂ ਮੁੜਦੇ, ਇਹਨੇ ਦਰਿਆਵਾਂ ਦੇ ਮੂੰਹ ਮੋੜ ਤੇ ਪਹੁੰਚਾ ਤਾ ਟੇਲਾਂ ਦੇ ਪਾਣੀ ਕੇ ਨਹੀਂ, ਤੇ ਆਪਣੇ ਇਲਾਕੇ ਨੂੰ ਤਾਂ ਹੋਰ ਵੀ ਵਧੀਆ ਕਿਰਪਾ ਕਰਤੀ। ਮਾਲਵਾ ਨਹਿਰ ਕੱਢਣ ਜਾ ਰਹੇ ਮਾਨ ਸਾਹਿਬ, ਤੁਹਾਨੂੰ ਬਹੁਤ ਧੰਨਵਾਦ, ਤੁਹਾਡੀ ਸੋਚ ਨੂੰ ਧੰਨਵਾਦ ਸੀਐਮ ਸਾਹਿਬ, ਤੁਹਾਡੀ ਸੋਚ ਨੂੰ ਧੰਨਵਾਦ। ਸੋ ਐਡੀ ਵੱਡੀ ਸਾਡੇ ਕੋਲੇ ਲੀਡਰਸ਼ਿਪ ਹੈ, ਐਡਾ ਵਧੀਆ ਸਿਸਟਮ ਹੈ ਸਾਡਾ, ਤੇ ਸਾਡੇ ਕੋਲੇ ਓਪਰਚੁਨਿਟੀ, ਸਾਡੇ ਕੋਲ ਮੌਕੇ ਕੀ ਹੈ? ਸਾਡੇ ਕੋਲੇ ਇੱਕ ਇਮਾਨਦਾਰ ਸਰਕਾਰ ਆਈ ਹੈ ਜਿਹਦਾ ਮੀਰੇ ਕਾਰਵਾ ਭਗਵੰਤ ਮਾਨ ਹੈ ਐਡਾ ਵੱਡਾ, ਔਰ ਜਿਹਦੀ ਅਗਵਾਈ ਕਰ ਰਿਹਾ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ ਇੰਨਾ ਹੈ ਕਿ ਉਹਨੇ ਗਰੀਬਾਂ ਬਾਰੇ ਸੋਚਿਆ, ਆਮ ਆਦਮੀਆਂ ਬਾਰੇ ਸੋਚਿਆ। ਆ ਵੈਸੇ ਆ ਦੂਜੇ ਵੀ ਕਹੀ ਜਾਂਦੇ ਆ ਯਾਰ, ਉਹਨਾਂ ਨੂੰ ਅਕਾਲੀ ਨਾ ਕਿਹਾ ਕਰੋ, ਉਹ ਬਾਦਲ ਕਿਆ ਨੂੰ, ਮੈਂ ਵੀ ਅਕਾਲੀ ਹਾਂ, ਦਿਲੋਂ ਅਕਾਲੀ ਹਾਂ। ਅਕਾਲੀ ਉਹ ਹੁੰਦੇ ਆ ਜਿਹੜੇ ਪੰਥ ਦੀ ਗੱਲ ਕਰਦੇ, ਪੰਜਾਬ ਦੀ ਗੱਲ ਕਰਦੇ, ਮਨੁੱਖਤਾ ਦੀ ਗੱਲ ਕਰਦੇ ਆ। ਇਹ ਬਾਦਲ ਕੇ ਹੋ ਸਕਦੇ ਆ, ਅਕਾਲੀ ਨਹੀਂ ਹੋ ਸਕਦੇ। ਦੂਜੇ ਪਾਸੇ ਸੁਖਬੀਰ ਵਰਗੇ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਨਾਲ ਹਮੇਸ਼ਾ ਧਰੋਹ ਕਮਾਇਆ, ਪੰਥ ਨਾਲ ਧਰੋਹ ਕਮਾਇਆ। ਤੁਸੀਂ ਦੱਸੋ ਕਿਹਦੇ ਨਾਲ ਧਰੋਹ ਨਹੀਂ ਕਮਾਇਆ? ਤੇ ਆਪਾਂ ਕਿਸਮਤ ਵਾਲੇ ਹੋਰ ਵੀ ਹਾਂ। ਆ ਦੇਖੋ ਇਸ ਲੋਕ ਸਭਾ ਹਲਕੇ ਦੇ ਵਿੱਚ ਸਾਡੇ MLA ਮਨਜੀਤ ਸਿੰਘ ਬਿਲਾਸਪੁਰ, ਪੱਤਰਕਾਰ, ਐਡੀ ਵੱਡੀ ਮਤਲਬ ਪੱਤਰਕਾਰ, 20 ਸਾਲ ਪੱਤਰਕਾਰੀ ਕਰਕੇ ਆਏ, ਡਾਕਟਰ ਅਮਨਦੀਪ ਕੌਰ ਡਾਕਟਰ ਨੇ, ਇਹ ਮਾਨ ਸਾਹਿਬ ਨੇ ਸਾਨੂੰ ਸੇਵਾ ਕਰਨ ਵਾਸਤੇ MLA ਦਿੱਤੇ ਮੋਗੇ ਦੇ। ਲਾਡੀ ਢੋਸ ਬੜੀ ਵੱਡੀ ਰਾਜਨੀਤਿਕ ਵਿਰਾਸਤ, ਸੇਵਾ ਦੀ ਵਿਰਾਸਤ ਲੈ ਕੇ ਆਏ ਇੱਥੇ। ਤੇ ਆ ਆਪਣਾ ਇਹ ਜਿੰਨਾ ਨਿੱਕਾ ਉਨਾ ਹੀ ਤਿੱਖਾ, ਅੰਮ੍ਰਿਤਪਾਲ ਸੁਖਾਨੰਦ ਉਹਨਾਂ ਹੀ ਦੇਖਿਆ। ਮੈਂ ਵਿਧਾਨ ਸਭਾ 'ਚ ਇੱਕ ਵਾਰੀ ਪੁੱਛ ਲਿਆ, ਮੈਂ ਕਿਹਾ ਵੇਖੀਏ ਇਕੱਲਾ ਇਹ ਠਾਣੇ ਠੂਣੇ ਫੋਨ ਕਰਨ ਜੋਗਾ, ਕਿ ਇਹਨੂੰ ਹੋਰ ਕੋਈ ਪਤਾ ਵੀ ਆ? ਮੈਂ ਕਿਹਾ ਵੀ ਇਉਂ ਕਰੋ, ਦੱਸੋ ਵੀ ਆਪਣੇ ਦੁਨੀਆ ਦੇ ਵਿੱਚ ਜਿਹੜੀ ਫਾਈਬਰ ਆਪਟਿਕਸ ਦੀ ਖੋਜ ਕਿਹਨੇ ਕੀਤੀ, ਤੇ ਆਪਣੇ ਮੋਗੇ ਦੇ ਜੰਪਲ ਕੰਪਾਨੀ ਨੇ ਕੀਤੀ? ਉਹ ਸਿਰਫ ਇਹਨੇ ਦੱਸਿਆ ਸੀ ਬਈ, ਅੰਮ੍ਰਿਤਪਾਲ ਨੇ ਦੱਸਿਆ ਸੀ, ਪੰਜਾਬ ਦੀ ਜਾਣਕਾਰੀ ਵੀ ਦੱਸਦਾ। ਸੋ ਸਾਡੇ ਬਲਕਾਰ ਸਿੱਧੂ ਨਾਮਵਰ ਕਲਾਕਾਰ, ਬਹੁਤ ਵੱਡਾ, ਸਰਾ ਗੁਰਦੇਵ ਸਿੰਘ ਸੇਖੋਂ ਮੈਡੀਕਲ ਕਾਲਜ ਦੇ ਵਿੱਚ ਅਸੀਂ ਇਕੱਠੇ ਧਰਨੇ ਲਾਉਂਦੇ ਰਹੇ ਹਾਂ। ਅਪ੍ਰਿਤਪਾਲ ਬੜਾ ਵੱਡਾ ਵਕੀਲਾਂ ਦਾ ਪ੍ਰਧਾਨ ਰਿਹਾ। ਆ ਮੋਲਕ ਸਿੰਘ ਮੇਰਾ ਛੋਟਾ ਵੀਰ, ਪਹਿਲੀ ਵਾਰੀ ਤੈਨੂੰ ਟਿਕਟ ਦਿੱਤੀ ਤੇਰੇ ਬਾਪੂ ਦੇ ਕੰਮ ਕਰਕੇ, ਅਗਲੀ ਟਿਕਟ ਤੈਨੂੰ ਮਾਨ ਸਾਹਿਬ ਨੇ ਦੇਣੀ ਤੇਰੇ ਕੰਮ ਕਰਕੇ, ਕੰਮ ਹੁਣ ਤਾਈ ਚੰਗਾ ਕਰੀ ਜਾਂਦਾ। ਬਹੁਤ ਅਜੇ ਸਾਡੇ ਚੇਅਰਮੈਨ ਸਾਹਿਬਾਨ। ਔਰ ਭਾਈ ਮੈਂ ਜ਼ਿਆਦਾ ਗੱਲ ਨਹੀਂ ਕਰਨੀ, ਮੈਂ ਤਾਂ ਸਿਰਫ ਇੱਕੋ ਗੱਲ ਕਹਿੰਦਾ, ਇੱਕ ਤਾਂ ਬੇਈਮਾਨ ਲੀਡਰਾਂ ਤੋਂ ਬਚ, ਦੂਜਾ ਜੇ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ 'ਤੇ ਮਿਹਰ ਕਰਕੇ ਇੱਕ ਇਮਾਨਦਾਰ ਮੁੱਖ ਮੰਤਰੀ ਦਿੱਤਾ, ਇਮਾਨਦਾਰ MLA ਦਿੱਤੇ ਆ, ਸਰਕਾਰ ਦਿੱਤੀ ਆ, ਤਾਂ ਉਹਦੇ ਹੱਥ ਮਜ਼ਬੂਤ ਕਰਨੇ ਆ, ਤੇ ਹੱਥ ਮਜ਼ਬੂਤ ਕਰਨ ਦਾ ਇੱਕੋ ਇੱਕ ਤਰੀਕਾ। ਉਹ ਯਾਰ ਇਦੂ ਵੱਧ ਹੋਰ ਆਪਣੇ 'ਤੇ ਕੀ ਸਾਨ ਕਰ ਦਿੰਦੇ ਮੁੱਖ ਮੰਤਰੀ ਸਾਹਿਬ, ਇਦੂ ਵੱਧ ਹੋਰ ਕੀ ਸਾਨ ਕਰ ਦਿੰਦੇ? ਮੇਰੇ ਕੋਲ ਜਦੋਂ ਲੋਕ ਕੰਮ ਕਰਾਉਣ ਆਉਂਦੇ ਆ, ਬਹੁਤੇ ਕੰਮ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਨਾਲ ਹੋ ਜਾਂਦੇ ਆ। ਜਦੋਂ ਵਿੱਚੋਂ ਕੋਈ ਰਹਿ ਜਾਂਦਾ ਤੇ ਮੈਂ ਫਿਰ ਉਹਨਾਂ ਨੂੰ ਇਹ ਕਹਿਣਾ ਬਈ ਯਾਰ ਇਹ ਮੇਰੇ ਵੱਸਦਾ ਨਹੀਂ, ਇਹ ਤਾਂ ਮੁੱਖ ਮੰਤਰੀ ਦੇ ਵੱਸਦਾ। ਤੇ ਫਿਰ ਉਦੋਂ ਸੋਚਦੇ ਹੁੰਦੇ ਆ ਵੀ ਯਾਰ ਮੁੱਖ ਮੰਤਰੀ ਦਾ ਕੋਈ ਯਾਰ ਕੋਈ ਲੰਗੋਟੀਆ ਲੱਭੀ ਹੈ ਜਿਹਦੀ ਮੁੜੇ ਹੀ ਨਾ, ਤੇ ਮੁੱਖ ਮੰਤਰੀ ਸਾਹਿਬ ਨੇ ਆਪਦਾ ਲੰਗੋਟੀਆ ਕਰਮਜੀਤ ਅਨਮੋਲ ਸਾਡੇ ਕੋਲ ਭੇਜ। ਸੋ ਆਪਣੀ ਤਾਂ ਕਿਸਮਤ ਹੀ ਬਹੁਤ ਚੰਗੀ ਹੈ, ਸੋ ਇਹਨੂੰ ਜਿਤਾਈਏ ਮੁੱਖ ਮੰਤਰੀ ਸਾਹਿਬ ਦੇ, ਜਿਹੜੇ ਆਪਾਂ ਹੱਥ ਮਜ਼ਬੂਤ ਕਰਨੇ ਆ। ਬਾਕੀ ਆਪਣੇ ਕੋਲ ਓਪਰਚੁਨਿਟੀਜ਼ ਬਹੁਤ ਆ, ਪਰਮਾਤਮਾ ਨੇ ਬੜਾ ਕੁਝ ਬਖਸ਼ਿਆ। ਆਪਣੇ ਵਰਗੇ ਕਾਰੋਬਾਰੀ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਜਿਹੜੀ ਥ੍ਰੈਟ ਵੱਡੀ ਹੈ ਉਹ ਇਹ ਹੈ ਕਿ ਆਪਣੇ ਲੋਕ ਜ਼ਮੀਨਾਂ ਵੇਚ ਕੇ ਬਾਹਰ ਜਾਣ ਲੱਗ ਪਏ। ਬਸ ਸਿਰਫ ਇੱਕ ਗੱਲ ਵੇਖ ਲਓ,
ਥੋੜੇ ਦੇਰ ਥੋੜੇ ਸਾਲ ਹੋਰ ਰੁਕ ਜਾਓ, ਆਹ ਜਿਹੜੇ ਜੀ ਟੀ ਰੋਡ ਨਿਕਲਦੇ ਆ ਇਹਨਾਂ ਪਿੱਛੇ ਇੱਕ ਸਾਜਿਸ਼ ਹੈ, ਇੰਟਰਨੈਸ਼ਨਲ ਵਪਾਰ ਚਾਲੂ ਸ਼ੁਰੂ ਹੋਣਾ, ਬਾਰਡਰ ਖੁੱਲ੍ਹਣੇ ਆ ਅਤੇ ਜ਼ਮੀਨਾਂ ਨਾ ਵੇਚੋ, ਜਿਹਨਾਂ ਕੋਲ ਜ਼ਮੀਨਾਂ ਰਹਿ ਗਈਆਂ ਉਹ ਰਾਜੇ ਬਣ ਜਾਣਗੇ, ਉਹ ਰਾਜੇ ਬਣ ਜਾਣਗੇ, ਜ਼ਮੀਨਾਂ ਨਹੀਂ ਵੇਚਣੀਆਂ। ਇੱਕ ਮੇਰੀ ਬੇਨਤੀ ਹੋਰ ਹੈ, ਜਿੰਨੇ ਸਾਡੇ ਕਾਰੋਬਾਰੀ ਹੈ, ਮਾਨ ਸਾਹਿਬ ਮੈਂ ਨਿੱਕ ਬੇਕਰ ਵਾਲਿਆਂ ਕੋਲ ਜਾ ਕੇ ਆਇਆ ਪਰਸੋਂ, ਪਟਿਆਲੇ ਦਾ ਰਹਿਣ ਵਾਲਾ, ਔਰ ਮੈਂ ਤਾਂ ਉਹਦੇ ਪੈਰ ਹੀ ਚੁੰਮੀ ਗਿਆ ਜੀ, ਉਹਦੇ ਪੈਰਾਂ ਦੀ ਮਿੱਟੀ ਚੱਕ ਕੇ ਉਹਦੇ ਆਪਦੇ ਮੱਥੇ ਨੂੰ ਲਾਈ, ਉਹਨੇ ਆਪਦੀ ਯੂਨਿਟ ਮੁਹਾਲੀ ਚਲਾਈ। ਸੋ ਇਸ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਆਪਾਂ ਉਤਸ਼ਾਹਿਤ ਕਰਨਾ ਮਾਨ ਸਾਹਿਬ। ਓਏ ਓਏ ਆਹ ਸਤੌਜ ਵਾਲੇ ਦੀ ਜ਼ਿੰਦਾਬਾਦ ਨਾਲ ਹੀ, ਸਾਰਿਆਂ ਦੀ ਜ਼ਿੰਦਾਬਾਦ ਹੈ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਹੀ ਸਾਰਾ ਕੁਝ। ਸੋ ਹੁਣ ਆਪਾਂ ਸਮਾਂ ਇਹਨਾਂ ਨੇ ਹੋਰ ਵੀ ਬਹੁਤ ਥਾਂ ਜਾਣਾ, ਸੋ ਮੈਂ ਇਹਨਾਂ ਦਾ ਧੰਨਵਾਦ ਹੈ। ਆਪਣੇ ਵਰਗੇ ਜਿਹੜੇ ਉੱਦਮੀ ਕਿਸਾਨ ਹੈ, ਕਾਰੋਬਾਰੀ ਹੈ, ਇਮਾਨਦਾਰ ਸਰਕਾਰ ਹੈ, ਇਹਦੇ 'ਤੇ ਆਪਾਂ ਹੱਥ ਰੱਖਣਾ, ਇਹ ਵਿਸ਼ਵਾਸ ਰੱਖਣਾ। ਬਾਕੀ ਇਹਨਾਂ ਜਿਹੜਾ ਖਤਰਾ ਥ੍ਰੈਟ ਜਿਹਨੂੰ ਕਹਿੰਦੇ ਆ, ਉਹ ਸਿਰਫ ਸਾਨੂੰ ਹੈ, ਇੱਕ ਤਾਂ ਭਰਾ ਮਾਰੂ ਜੰਗ, ਜਿਹੜੇ ਆਪਾਂ ਛੇਤੀ ਮਾੜੀ ਮੋਟੀ ਗੱਲ 'ਤੇ ਇੱਕ ਦੂਜੇ ਦੇ ਗਿੱਟੇ ਕੁੱਟਣ ਲੱਗ ਪਏ ਨੇ, ਉਹ ਨਾ ਕਰਿਆ ਕਰੋ। ਦੂਜਾ, ਰਲ ਕੇ ਆਪਾਂ ਸਾਰਿਆਂ ਨੇ ਰਲ ਕੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਚਿੱਟੇ ਦਾ ਦੈਂਤ ਸਾਨੂੰ ਲੱਗਿਆ ਹੋਇਆ ਉਹਨੂੰ ਜੜੋਂ ਪੁੱਟ ਕੇ ਪਾਸੇ ਕਰਨਾ, ਇਸ ਗੱਲ 'ਤੇ ਇੱਕ ਫਤਿਹ ਗਜਾ ਦਈਏ ਅਤੇ ਉਸ ਤੋਂ ਬਾਅਦ ਮੈਂ ਰਜਾ ਰਹੂੰਗਾ, ਦੋ ਨਾਰੇ ਪਾਰਟੀ ਦੇ ਮਾਰਾਂਗੇ ਤਾਂ ਕਿ ਸਾਰਾ 'ਚ ਜੋਸ਼ ਆ ਜਾਏ। ਬਾਬਾ ਦੇਰ ਦੇ ਬੈਠੇ ਤੁਸੀਂ, ਮੈਨੂੰ ਪਤਾ ਥੱਕਦੇ ਤਾਂ ਤੁਸੀਂ ਹੈ ਨਹੀਂ, ਤੁਸੀਂ ਤਾਂ 10 ਸਾਲ ਦੇ ਨਾਲ ਲੱਗੇ ਹੋਏ ਆ, ਪਰ ਆਪਾਂ ਨਾਰੇ ਲਾ ਲਈਏ, ਆਮ ਆਦਮੀ, ਆਮ ਆਦਮੀ, ਬੋਲੇ ਸੋ ਨਿਹਾਲ। ਇੱਕ ਵਾਅਦਾ ਕਰੋ ਵੀ ਹੁਣ ਆਪਾਂ ਬੱਚੇ ਬਾਹਰ ਨਹੀਂ ਜਾਣ ਦੇਣੇ, ਸਾਡਾ ਮੁੱਖ ਮੰਤਰੀ ਇਮਾਨਦਾਰ ਆ, ਇੱਥੇ ਹੀ ਕੰਮ ਲੈ ਕੇ ਦੇਣਾ ਉਹਨਾਂ ਨੂੰ, ਇੱਥੇ ਹੀ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।